मोहाली पुलिस अधिकारियों वालों की प्रेस कॉन्फ्रेंस दौरान इस टेबल उत्ते पिया चाबी पाना नंबर प्लेटा एक अजिहे गिरोह नूं काबू करके बरामद होईआं ने जिस नूं सोनिया नाम दी औरत अते उसदे साथी मिलके चला रहे सन। गिरोह इन्ना शातर दस्या जा रहा है कि महंगीआं गड्डियां चोरी करके उस नूं इस ढंग नाल वेचिआ जांदा कि खरीदण वाला भी धोखा खा जावे। दरअसल कार चोरी करके गिरोह दी मेंबर सोनिया गड्डी विच बैठ जांदी सी अते किसे नूं शक तक नहीं सी पैंदा कि ए चोरी करके आए ने। इन्ने च गड्डी दा नंबर 86 नंबर सब बदल दिता जांदा सी। शातर चोर डैमेज हुईआं कारां दे नंबर चोरी लई वरतदे सन। मोहाली दे SSP HS ਪੁੱਲਰ ਨੇ ਦੱਸਿਆ ਕਿ ਗੈਂਗ ਦੇ 3 ਮੈਂਬਰ ਦਬੋਚੇ ਗਏ ਨੇ ਜਿਸ ਵਿੱਚ ਸੋਨੀਆ ਨਾਮ ਦੀ ਔਰਤ ਵੀ ਸ਼ਾਮਲ ਹੈ। ਪੁਲਿਸ ਨੇ ਗਿਰੋਹ ਪਾਸੋਂ 2 ਫਾਰਚੂਨਰ ਕਾਰਾਂ ਸਮੇਤ ਕੁੱਲ 5 ਗੱਡੀਆਂ ਬਰਾਮਦ ਕੀਤੀਆਂ ਨੇ। ਇਹ ਬੰਦੇ ਤਕਰੀਬ ਜਿਹੜਾ ਇਸ ਏਰੀਆ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਜਿਹੜੇ ਐਕਟਿਵ ਨੇ, ਅਦਰਵਾਈਜ਼ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਕਈ ਪਹਿਲਾਂ ਵੀ ਚੋਰੀਆਂ ਕੀਤੀਆਂ ਨੇ ਜਿਨ੍ਹਾਂ ਦੇ ਖਿਲਾਫ ਕਿ ਦਰਜਨ ਦੇ ਨੇੜੇ ਕੇਸ ਜਿਹੜੇ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਵੀ ਪਰਚੇ ਦਰਜ ਨੇ। ਜਦੋਂ ਉਹਨਾਂ ਦਾ ਗੈਂਗ ਪੂਰਾ ਦਾ ਪੂਰਾ ਸਾਰਾ ਵੜਿਆ ਜਾਏਗਾ ਤਾਂ ਉੱਥੋਂ ਗੱਲ ਸਾਹਮਣੇ ਆਏਗੀ ਕਿ ਇਹਨਾਂ ਨੇ ਕਈ ਥਾਵਾਂ 'ਤੇ ਹਰਿਆਣਾ, ਚੰਡੀਗੜ੍ਹ, ਦਿੱਲੀ ਤੱਕ ਵੀ ਜਿਹੜੇ ਇਹਨਾਂ ਨੇ ਕਈ ਵਹੀਕਲ ਜਿਹੜੇ ਇਹਨਾਂ ਨੇ ਚੋਰੀ ਕੀਤੇ। ਇਹਨਾਂ ਦੇ ਅਲੱਗ ਅਲੱਗ ਥਾਂ 'ਤੇ ਬੰਦੇ ਰਹਿੰਦੇ ਸੀ। ਜ਼ੀਰਕਪੁਰ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਕਿੰਗ ਪਿੰਨ ਸੀ ਉਹ ਰਹਿ ਰਿਹਾ ਸੀ ਔਰ ਉਹਦੀ ਵਾਈਫ ਜਿਹੜੀ ਉਹ ਨਾਲ ਰਹਿ ਰਹੇ ਸੀ। ਹਾਂਜੀ, ਉਹ ਇਹਦੀ ਵਾਈਫ ਹੀ ਅਸੀਂ ਜਿਹੜੀ ਗ੍ਰਿਫਤਾਰ ਕਰ ਲਈ ਹੈ ਪਰ ਉਹਦੇ ਨਾਲ ਛੋਟਾ ਬੱਚਾ ਹੋਣ ਕਰਕੇ ਉਹਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਦਿੱਤਾ ਜੀ। ਕਾਬੂ ਕੀਤੇ ਗਿਰੋਹ ਦੇ ਬਾਕੀ ਮੈਂਬਰ ਅਜੇ ਫਰਾਰ ਨੇ ਜਿਨ੍ਹਾਂ ਨੂੰ ਦਬੋਚਣ ਲਈ ਪੁਲਿਸ ਲਗਾਤਾਰ ਛਾਪੇ ਮਾਰੀਆਂ ਕਰ ਰਹੀ ਹੈ। ਮੋਹਾਲੀ ਪੁਲਿਸ ਦੀ ਮੰਨੀਏ ਤਾਂ ਇਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਿਊਰੋ ਰਿਪੋਰਟ, TV ਪੰਜਾਬ।